मिति 16 अक्टूबर नूं विधानसभा हलका फतेहगढ़ चूड़ियां दे कस्बा अलीवाल विच दीपक सुनियारे दी दुकान विचों लुट्ट करन वाले लुटेरियां दे गिरोह दे 3 मैंबर पुलिस ने कीते काबू। बटाला दे SSP सरदार मुखविंदर सिंह ने प्रेस कॉन्फ्रेंस करदे हुए दस्सिया कि इन्हां लुटेरियां कोलों एक चिट्टे रंग दी वरना कार, 4 सोने दीआं मुंदरियां अते वारदात विच वरत्या पिस्टल बरामद कर लिया गया है। फतेहगढ़ चूड़ियां तों मनप्रीत सिंह मन दी रिपोर्ट। 16/10 ਨੂੰ ਇੱਕ ਅਲੀਵਾਲ ਥਾਣਾ ਘੜੀਏ ਕੇ ਬਾਂਗਰ ਦੇ ਵਿੱਚ ਇੱਕ ਸੋਨੇ ਦੀ ਦੁਕਾਨ ਦੇ ਉੱਤੇ ਜਿਹੜੀ ਲੁੱਟ ਹੋਈ ਸੀ ਜਿਹਦੇ ਵਿੱਚ ਤਕਰੀਬਨ 40-50 ਹਜ਼ਾਰ ਰੁਪਈਆ ਔਰ ਕੁਛ ਮੁੰਦਰੀਆਂ ਜਿਹੜੀਆਂ ਉਹ ਪਿਸਟਲ ਪੁਆਇੰਟ ਦੇ ਉੱਤੇ ਬੜਾ ਦਿਨ ਦਿਹਾੜੇ ਜਿਹੜਾ ਲੁੱਟ ਹੋਈ ਸੀ ਉਹਦੇ ਵਿੱਚ ਸਾਡੇ ਜਿਹੜੇ CIA ਇੰਚਾਰਜ ਜਿਹੜੇ ਪੱਟਾ ਸਾਹਿਬ ਨੇ ਇਹਨਾਂ ਦੀ ਇੱਕ ਟੀਮ ਬਣਾਈ ਗਈ ਸੀ SPD ਔਰ DSPB ਸਾਹਿਬ ਦੇ ਅੰਡਰ ਜਿਨ੍ਹਾਂ ਨੇ ਇਹਨੂੰ ਬੜੀ ਮਿਹਨਤ ਕਰਕੇ ਟਰੈਕ ਕੀਤਾ ਔਰ ਬੰਦੇ ਨਾਮਜ਼ਦ ਕੀਤੇ ਔਰ DSP ਫਤਿਹਗੜ੍ਹ ਚੂੜੀਆਂ ਦਲਵੀਰ ਸਿੰਘ SHO ਘੜੀਏ ਦੇ ਬਾਂਗਰ ਔਰ ਇਹਨਾਂ ਸਾਰਿਆਂ ਦੀ ਟੀਮ ਨੇ ਨਾਲ ਰਲ ਕੇ ਜਿਹੜੇ ਇਹ ਸਾਰੇ ਲੁਟੇਰਿਆਂ ਦੇ ਵਿੱਚੋਂ 3 ਬੰਦੇ ਜਿਹੜੇ ਆ ਉਹ ਫੜਨ ਦੇ ਵਿੱਚ ਕਾਮਯਾਬ ਹੋਏ ਜਿਹਦੇ ਵਿੱਚ ਇੱਕ ਰਾਮ ਸਿੰਘ ਦੂਸਰਾ ਰਾਜਨ ਸੰਧੂ ਔਰ ਇੱਕ ਗੁਰਜਨ ਸਿੰਘ ਸੋਨਾ ਅਤੇ ਜੋਸ਼ਨ ਮਸੀਹ ਜਿਹੜਾ ਇਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ। 2 ਬੰਦੇ ਇਹਦੇ ਵਿੱਚ ਅਰੈਸਟ ਕਰਨ ਵਾਲੇ ਨੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਵਾਰਦਾਤ 'ਚ ਪਿਸਟਲ ਵਰਤਿਆ ਸੀਗਾ ਉਹ ਬਰਾਮਦ ਕੀਤਾ ਹੈ ਔਰ ਇਹਨਾਂ ਦੇ ਜਿਹੜਾ ਮੁੰਦਰੀਆਂ ਨੇ ਉਹ 4 ਬਰਾਮਦ ਕਰ ਲਈਆਂ ਨੇ। ਉਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਇਸ ਕ੍ਰਾਈਮ ਤੋਂ ਇਲਾਵਾ 2 ਕ੍ਰਾਈਮ ਜਿਹੜੇ ਬੜੇ ਸੈਂਸੇਸ਼ਨਲ ਕ੍ਰਾਈਮ ਜਿਹੜੇ ਉਹ ਮੰਨੇ ਨੇ। ਇੱਕ ਜਿਹੜੀ ਇਹਨਾਂ ਨੇ ਜੀਰਾ ਪੁਲਿਸ ਸਟੇਸ਼ਨ ਤੋਂ ਇੱਕ ਪਿਸਟਲ ਪੁਆਇੰਟ ਦੇ ਉੱਤੇ ਵਰਨਾ ਕਾਰ ਕੋਈ ਸੀ ਜਿਹਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕੀਤਾ ਸੀ ਉਹ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਉਸ ਤੋਂ ਇਲਾਵਾ ਇੱਕ ਇਹਨਾਂ ਨੇ ਅੰਮ੍ਰਿਤਸਰ ਰੂਰਲ ਦੇ ਜੰਡਿਆਲਾ ਦੇ ਕੋਲ ਹਵੇਲੀ ਦੇ ਕੋਲ ਜਿਹੜੀ ਹੈ ਇੱਕ ਜਿਹੜੀ ਪਿਸਟਲ ਪੁਆਇੰਟ ਦੇ ਉੱਤੇ ਕਾਰ ਖੋਈ ਸੀ ਜਿਹਦੇ ਵਿੱਚੋਂ ਇੱਕ ਲੈਪਟਾਪ ਜਿਹੜਾ ਇਹਨਾਂ ਨੇ ਚੋਰੀ ਕੀਤਾ ਸੀ ਔਰ ਹੋਰ ਵੀ ਪੈਸੇ ਚੋਰੀ ਕੀਤੇ ਸੀ। ਜੋ ਇਹਨਾਂ ਨੇ ਵਾਰਦਾਤ ਤੋਂ ਬਾਅਦ ਜਿਹੜੇ ਪੈਸੇ ਆ ਉਹ ਆਪਸ 'ਚ ਵੰਡ ਲਏ ਨੇ ਔਰ ਖਰਚ ਲਏ ਨੇ ਔਰ ਇਹਨਾਂ ਤੋਂ ਇਹ ਵੀ ਗਾਂਹ ਬਰਾਮਦ ਹੋਇਆ ਕਿ ਇਹ ਕੁਛ ਜਿਹੜੇ ਗੁੰਡੇ ਨੇ ਗੈਂਗਸਟਰ ਟਾਈਪ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿ ਦਿੰਦੇ ਹੋ ਪੁਲਿਸ ਗੁੰਡਾ ਕਹਿੰਦੀ ਹੈ ਇਹਨਾਂ ਨੂੰ ਇਹ ਸਪੋਰਟ ਕਰਦੇ ਸੀਗੇ ਉਹਨਾਂ ਦੇ ਕਹਿਣ ਦੇ ਉੱਤੇ ਕੰਮ ਕਰਦੇ ਸੀਗੇ। ਇਹ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਇੱਕ ਲਖਵੀਰ ਜਿਹੜਾ ਹਰੀਕੇ ਦਾ ਇੱਕ ਲੰਡਾ ਨਾਮ ਦਾ ਬੰਦਾ ਹੈ ਜਿਹੜਾ ਬਾਹਰ ਰਹਿੰਦਾ ਜਿਹੜਾ ਡਬਲ ਮਰਡਰ ਕੇਸ ਦੀ ਸਿੱਖ ਉਹਨੇ ਕੀਤਾ ਸੀ ਵਿੱਚ ਵਾਂਟਰ ਸੀ ਕੋਲ ਕੀਤੀ ਹੋਈ ਸੀ ਉਹਨਾਂ ਦੇ ਘਰ ਜਾ ਕੇ ਗੋਲੀਆਂ ਵੀ ਚਲਾਉਣੀਆਂ ਮੰਨੀਆਂ ਨੇ ਜਿਹਦੀ ਅਸੀਂ ਜ਼ਿਲ੍ਹਾ ਤਰਨ ਤਾਰਨ ਦੇ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਅਸੀਂ ਇਸ ਬਾਰੇ ਇਤਲਾਹ ਦੇਵਾਂਗੇ। ਇਸੇ ਤਫਤੀਸ਼ ਦੀ ਕੰਟੀਨਿਊਸ਼ਨ ਦੇ ਵਿੱਚ ਜਿਹੜਾ ਸਾਡੇ ਕੋਲ 2 ਬੰਦੇ ਜਿਹੜੇ ਅਸੀਂ ਹੋਰ ਅਰੈਸਟ ਕੀਤੇ ਆ ਇੱਕ ਰਾਜਾ ਔਰ ਦੂਸਰਾ ਬਬਲਜੀਤ ਸਿੰਘ ਜੋ ਇਹਨਾਂ ਦੋਨਾਂ ਨੂੰ ਅਰੈਸਟ ਕਰਨ ਦੇ ਉੱਤੇ ਇਹਨਾਂ ਦੇ ਕੋਲੋਂ 16 ਜਿਹੜੇ ਚੋਰੀ ਹੋਏ ਜ਼ਿਲ੍ਹਾ ਬਟਾਲਾ ਦੇ ਵਿੱਚ ਮੋਟਰਸਾਈਕਲ ਆ ਉਹ ਰਿਕਵਰ ਕੀਤੇ ਗਏ ਨੇ। ਸੋ ਇਹ 5 ਬੰਦਿਆਂ ਦੀ ਅਰੈਸਟ ਦੇ ਨਾਲ ਟੋਟਲ ਬਟਾਲਾ ਪੁਲਿਸ ਨੇ 16 ਮੋਟਰਸਾਈਕਲ, 2 ਕਾਰਾਂ, ਚੋਰੀ ਦੀਆਂ ਮੁੰਦਰੀਆਂ, ਇੱਕ ਪਿਸਟਲ, ਇੱਕ ਲੈਪਟਾਪ ਜਿਹੜਾ ਉਹ ਰਿਕਵਰ ਕੀਤਾ ਔਰ ਅੱਗੇ ਵੀ ਜਿਹੜੀ ਇਹਨਾਂ ਦੀ ਪਲੈਨਿੰਗ ਸੀਗੀ ਇਹਨਾਂ ਨੇ ਬਣਾਈ ਸੀ ਉਹ ਅੰਮ੍ਰਿਤਸਰ ਤੋਂ ਜਿਹੜੀ ਅਜਨਾਲਾ ਰੋਡ ਹੈ ਉਹਦੇ ਉੱਤੇ ਜਿੰਨੇ ਵੀ ਪੈਟਰੋਲ ਪੰਪ ਹੁੰਦੇ ਸੀ ਇਹਨਾਂ ਨੇ ਸਾਰੇ ਲੁੱਟਣੇ ਸੀਗੇ। ਜੋ ਇਹਨਾਂ ਦੇ ਫੜਨ ਦੇ ਨਾਲ ਕਾਫੀ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੁਲਿਸ ਨੇ ਦੂਰ ਕੀਤਾ ਔਰ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਇਹ 18 ਤਰੀਕ ਨੂੰ ਅਸੀਂ ਇਹਨਾਂ ਨੂੰ ਅਰੈਸਟ ਕੀਤਾ CIA ਸਟਾਫ ਦੀ ਟੀਮ ਨੇ। ਇਹਨਾਂ ਦੇ ਉੱਪਰ ਪਹਿਲਾਂ ਦੱਸਿਆ 2 ਮੁਕਦਮੇ ਦਰਜ ਹੈ, ਇੱਕ ਜੀਰੇ ਦੇ ਵਿੱਚ ਦਰਜ ਹੈ ਔਰ ਇੱਕ ਜਿਹੜਾ ਅੰਮ੍ਰਿਤਸਰ ਰੂਰਲ ਦੇ ਵਿੱਚ ਦਰਜ ਹੈ, ਇੱਕ ਸਰਿਆਲੀ 'ਚ ਵੀ ਦਰਜ ਹੈ ਜਿੱਥੇ ਪਿਸਟਲ ਦੇ ਉੱਤੇ ਇਹਨਾਂ ਰੈਂਸਮ ਕਾਲ ਕਰਨੀ ਸੀ ਤਰਨ ਤਾਰਨ ਦੇ ਵਿੱਚ, ਉੱਥੇ ਵੀ ਪਹਿਲਾਂ ਪਰਚਾ ਦਰਜ ਹੋਇਆ ਰੈਂਸਮ। ਘਣੀਏ ਕੇ ਬਾਂਗਰ ਥਾਣੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ।